ਅੱਡਾ ਮਹਾਨ ਕਰੀਏ, ਅੱਡਾ ਮਹਾਨ ਕਰੀਏ, ਬਣ ਜਾ ਘਰੇ ਤੋਂ ਬੰਦਾ ਮਹਾਰੀ ਦਓ ਜੀ। ਸ਼ਿਲੇ ਮਾਨਾ ਨਬੀਆ ਢਹਿ ਜਾਂਦਾ ਪੁਰਜ ਹੰਕਾਰੀ ਦਓ ਜੀ। ਐਡਾ ਮਹਾਨ ਕਰੀਏ, ਬਣ ਜਾ ਘਰੇ ਤੋਂ ਬੰਦਾ ਮਾਰੀ ਦ ਲੜਕੀ ਸੀ ਮੈਰਿਆਂ ਦੀ, ਲੜਕੀ ਸੀ ਮੈਰਿਆਂ ਦੀ, ਪੱਠੀ ਤੇ ਬੈਠੀ ਸੀ ਓਏ ਲੜਕੀ ਸੀ ਮੈਰਿਆਂ ਦੀ, ਓਏ ਲੜਕੀ ਸੀ ਮੈਰਿਆਂ ਦੀ, ਕਹਿੰਦੇ ਨਿੰਦਤਾ ਸੀ ਰੂਪ ਵਿਚਾਰੀ ਦਾਓ ਜੀ। ਸ਼ਿਲੇ ਮਾਨਾ ਨਬੀਆ ਕਹਿ ਜਾਂਦਾ ਬੁਰਜ ਹੰਕਾਰੀ ਦਓ ਜੀ। ਐਡਾ ਮਾਨ ਕਰੀਏ, ਮਾਨ ਜਾ ਘਰੇ ਤੋਂ ਬੰਦਾ ਮਾਰੀ ਦ ਸੀ ਉੱਡੀਆਂ ਬਾਬਾ ਪਰੀਆਂ ਸੀ ਉੱਡੀਆਂ, ਵਿੱਚੋਂ ਲੈ ਕਾਸ਼ ਗੁਰੂ ਆ ਪਰੀਆਂ ਸੀ ਉੱਡੀਆਂ ਨਬੀਆਂ ਪੂਰੀਆਂ ਸੀ ਉੱਡੀਆਂ। ਜਿੰਨਾ ਚੱਕ ਲਿਆ ਸੀ ਤਖ਼ਤ ਅਵਤਾਰੀ ਦਓ ਜੀ। ਐਡਾ ਮਾਨ ਕਰੀਏ, ਮਾਨ ਜਾ ਘਰੇ ਤੋਂ ਬੰਦਾ ਮਾਰੀ ਦਓ ਜੀ। ਸ਼ਿਲੇ ਮਾਨਾ ਨਬੀਆ ਕਹਿ ਜਾਂਦਾ ਪੁਰਜ ਹੰਕਾਰੀ ਦਓ ਜੀ। ਚੱਕ ਲਿਆ ਸੀ ਤਖ਼ਤ
ਧਾਰੀ ਦਾਓ ਜੀ, ਐਡਾ ਮਾਣ ਕਰੀਏ ਮਾਣ ਜਾ ਕਰੇ ਤੋਂ ਬੰਦਾ ਮਾਰੀ ਦਾਓ ਜੀ, ਛਿਲੇ ਮਾਨਾ ਨਬੀਆ ਕਹਿ ਜਾਂਦਾ ਬੁਰਜ ਹੰਕਾਰੀ ਦਾਓ ਜੀ, ਐਡਾ ਮਾਣ ਕਰੀਏ ਮਾਣ ਜਾ ਕਰੇ ਤੋਂ ਬੰਦਾ ਮਾਰੀ ਦਾਓ ਜੀ, ਐਡਾ ਮਾਣ ਕਰੀਏ ਮਾਣ ਜਾ ਕਰੇ ਤੋਂ ਬੰਦਾ ਮਾਰੀ ਦਾਓ ਜੀ। ਬਾਬਾ ਤੇਰੇ ਸੱਚੇ ਦਰਬਾਰ ਦੀ, ਨਗਾਹੇ ਵਾਲੀ ਸੱਚੀ ਸਰਕਾਰ ਦੀ, ਕੋਟਲੇ ਵਾਲੀ ਸੱਚੀ ਸਰਕਾਰ ਦੀ, ਕੋਟਲੇ ਦਾ ਪੀ ਤੇ ਦੂਜਾ ਸਖੀ ਸੁਲਤਾਨ, ਉਦੋਂ ਪੀਰਾਂ ਦੀ ਗੱਲ ਸੁਣਾਂਗਾ ਦੋਨੇ ਹੀ ਬੜੇ ਮਹਾਨ, ਪੀਰਾਂ ਦੀ ਗੱਲ ਸੁਣਾਂਗਾ ਦੋਨੇ ਹੀ ਬੜੇ ਮਹਾਨ, ਇੱਕ ਕੋਟਲੇ ਦਾ ਪੀਰ ਦੂਜਾ ਸਕੀ ਸੁਲਤਾਨ, ਇੱਕ ਕੋਟਲੇ ਦਾ ਪੀਰ ਦੂਜਾ ਸਕੀ ਸੁਲਤਾਨ, ਇੱਕ ਕੋਟਲੇ ਦਾ ਪੀਰ ਦੂਜਾ ਸਕੀ ਸੁਲਤਾਨ। ਖੁਦਾ ਦੀ ਬੰਦਗੀ ਅੱਖਾਂ ਨਹੀਂ ਭੜਕਾਉਂਦਾ, ਤੀਜਾ ਕਰੇ ਖੁਦਾ ਦੀ ਬੰਦਗੀ ਅੱਖਾਂ ਨਹੀਂ ਭੜਕਾਉਂਦਾ, ਇੱਕ ਪੜਦਾ ਸੀ ਪੰਜ ਨਮਾਜ਼ਾਂ ਦੂਜਾ ਪੜੇ ਕੁਰਾਨ, ਇੱਕ ਪੜਦਾ ਸੀ ਪੰਜ ਨਮਾਜ਼ਾਂ ਦੂਜਾ ਪੜੇ ਕੁਰਾਨ, ਇੱਕ ਕੋਟਲੇ ਦਾ ਪੀਰ ਦੂਜਾ ਸਕੀ ਸੁਲਤਾਨ, ਇੱਕ ਕੋਟਲੇ ਦਾ ਪੀਰ ਦੂਜਾ ਸਕੀ ਸੁਲਤਾਨ, ਇੱਕ ਕੋਟਲੇ ਦਾ ਪੀਰ ਦੂਜਾ ਸਕੀ ਸੁਲਤਾਨ।
ਰਾਣੀ ਚਾਰਕੂਟ ਦੀ ਰਾਣੀ ਚਲਦੀ ਤੇਰੇ ਨਾਲ ਮਸਾਣੀ ਚਾਰਕੂਟ ਦੀ ਰਾਣੀ ਮਾਪਰੀ ਤੂੰ ਮੇਰੀਆਂ ਫੁੱਲਾਂ ਕਿਉਂ ਲਜਾਉਣਾ ਤਾਣੀ ਮਾਪਰੀ ਤੂੰ ਮੇਰੀਆਂ ਫੁੱਲਾਂ ਕਿਉਂ ਲਜਾਉਣਾ ਤਾਣੀ ਪੀਰ ਮਲੇਰਾ ਵਾਲਿਆ ਜਸਤਰ ਕਰਦੀ ਉੱਠਦੀ ਪੈਂਦੀ ਪੜਦਾ ਸੀ ਪੰਜ ਨਮਾਜ਼ਾਂ ਦੂਜਾ ਪੜੇ ਕੁਰਾਨ ਪੜਦਾ ਸੀ ਪੰਜ ਨਮਾਜ਼ਾਂ ਦੂਜਾ ਪੜੇ ਕੁਰਾਨ ਇੱਕ ਕੋਟਲੇ ਦਾ ਪੀਰ ਦੂਜਾ ਸਕੀ ਸੁਲਤਾਨ 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 ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਕਾਲੀ ਜੀ ਕੰਬਲੀ ਵਾਲਿਆਂ ਦੇ ਉਹ ਕਾਲੀ ਕੰਬਲੀ ਵਾਲਿਆਂ ਵਿੱਚ ਸੰਭਾਲ ਪੈਂਦੀ ਆਉਂਦੀ ਆ ਕਾਲੀ ਜੀ ਕੰਬਲੀ ਵਾਲਿਆਂ ਵਿੱਚ ਸੰਭਾਲ ਪੈਂਦੀ ਆਉਂਦੀ ਆ ਕਾਲੀ ਕੰਬਲੀ ਵਾਲਿਆਂ ਵਿੱਚ ਸੰਭਾਲ ਪੈਂਦੀ ਆਉਂਦੀ ਆ ਕਾਲੀ ਕੰਬਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਹੈ
ਤੇਰੀ ਹੋ ਗਈ ਬੱਲੇ ਬੱਲੇ ਤੇਰੇ ਨਾਲ ਗੜ ਕੇ ਚੱਲੇ ਤੇਰੀ ਹੋ ਗਈ ਬੱਲੇ ਬੱਲੇ ਬਾਹਰ ਨਾ ਚੱਲੇ ਵੇ ਤੇ ਮਾਲ ਪੈਂਦੀ ਹੁੰਦੀ ਹੈ ਕਾਲੀ ਜੀ ਕੰਬਲੀ ਵਾਲਿਆਂ ਦੇ ਕਾਲੀ ਕੰਬਲੀ ਵਾਲਿਆਂ ਵੇ ਤੇ ਮਾਲ ਪੈਂਦੀ ਹੁੰਦੀ ਹੈ ਕਾਲੀ ਜੀ ਕੰਬਲੀ ਵਾਲਿਆਂ ਵੇ ਤੇ ਮਾਲ ਪੈਂਦੀ ਉਹ ਝਗੜੇ ਚਿੜੇ ਸੋਹਣੀ ਨੱਤ ਵਜੇ ਦਰਦੇ ਰਹੇ ਕਦੋਂ ਕਰਦਾ ਝਗੜੇ ਚਿੜੇ ਪਹਿਲਾਂ ਆਂਢ ਗਾਂ ਦਰਦੇ ਵਿੱਚ ਮਾਲ ਪੈਂਦੀ ਆਉਂਦੀ ਹੈ ਕਾਲੀ ਜੀ ਕੰਬਲੀ ਵਾਲਿਆਂ ਵੇ ਕਾਲੀ ਕੰਬਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਹੈ ਕਾਲੀ ਜੀ ਕੰਬਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਹੈ ਕਾਲੀ ਕੰਬਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਹੈ ਤ੍ਰਿਪੌਣ ਪਰੋਲੇ ਵਰਗੀ ਸਿਰ ਤੇ ਮਾਰ ਖਰਾੜੇ ਚੜ ਗਈ ਕਾਲੀ ਜੀ ਕੰਬਲੀ ਵਾਲਿਆਂ ਵੇ ਕਾਲੀ ਕੰਬਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਹੈ ਕਾਲੀ ਜੀ ਕੰਬਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਹੈ ਕਾਲੀ ਕੰਬਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਹੈ ਆਹ
ਚਾ ਲੱਗੀਆਂ ਮੁਗਲ ਪਠਾਣਾ ਤ੍ਰਿਪਾ ਸ਼ੇਰ ਦਾ ਬਾਣਾ ਲਾਚਾ ਲੱਗੀਆਂ ਮੁਗਲ ਪਠਾਣਾ ਪਰ ਹੁਣ ਘੋੜੇ ਤਾਂ ਜਾਣਾ ਵੇ ਤੇ ਮਾਲ ਪੈਂਦੀ ਆਉਂਦੀ ਆ ਕਾਲੀ ਜੀ ਕਮਲੀ ਵਾਲਿਆਂ ਦੇ ਕਮਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਆ ਕਾਲੀ ਜੀ ਕਮਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਆ ਕਾਲੀ ਕਮਲੀ ਵਾਲਿਆਂ ਵਿੱਚ ਮਾਲ ਪੈਂਦੀ ਆਉਂਦੀ ਆ ਕਾਲੀ ਜੀ ਕਮਲੀ ਵਾਲਿਆਂ ਵੇ ਹੁਣ ਬਲੂਪੁਰ ਵਾਲਿਆਂ ਵੇ ਤੇ ਮਾਲ ਪੈਂਦੀ ਆਉਂਦੀ ਆ ਕਾਲੀ ਜੀ ਕਮਲੀ ਵਾਲਿਆਂ ਵੇ ਸਰਕਾਰ ਦੀ ਮਾਤਾ ਸਾਲੀ ਦੇ ਦਰਬਾਰ ਦੀ ਮਾਤਾ ਕਾਲਕਾ ਦਰਬਾਰ ਦੀ ਵੀਰ ਲੱਖ ਦਾਦਾ ਸੱਗੇ ਸੁਲਤਾਨ ਦੇ ਦਰਬਾਰ ਦੀ ਬਾਬੂ ਕਰਤਾਰ ਦਾਸ ਕਾਲੀ ਕਮਲੀ ਵਾਲੇ ਸੰਤਾਂ ਦਰਬਾਰ ਦੀ ਆਈ ਸੰਗਤ ਦੇ ਦਰਬਾਰ ਦੀ ਵਜਦੇ ਸਾਜਾਂ ਦੇ ਨਾਮ ਦੀ ਹਾਂ ਬਈ ਸੰਗਤੇ ਰੱਬ ਤੋਏ ਕਹਿੰਦਾ ਜਾ ਸਭ ਦੇ ਵੇੜੇ ਪਾ ਲਓ ਕਹਿੰਦਾ ਜਾ ਕਹਿੰਦਾ ਜਿੰਨੀ ਸੰਗਤ ਤੇਰੇ ਘਰ ਦੇ ਵਿੱਚ ਇਸ ਟਾਈਮ ਹਾਜ਼ਰ ਨਾਜ਼ਰ ਹੈ ਜਾ ਕਹਿੰਦਾ ਸਭ ਦੇ ਵੇੜੇ ਪਾ ਰਿਹਾ ਜਾ ਕਹਿੰਦਾ ਸਭ ਦੇ ਵੇੜੇ ਪਾ ਰਿਹਾ ਕਹਿੰਦਾ ਅੱਜ ਦਾ ਜੋ ਦੀਵਾਨ ਲੰਗਰ ਭੰਡਾਰਾ ਕਰਤਾ ਨਿਆਜ ਸ਼ੱਕਰ ਚੂਰਮਾ ਲਾਤਾ ਕਿਆ ਸਰਕਾਰ ਕਹਿੰਦੀ ਕਬੂਲ ਹੋ ਗਿਆ ਜਾ ਕਹਿੰਦਾ ਖੁਸ਼ੀ ਨਾਲ ਕਬੂਲ ਹੋ ਗਿਆ ਲਿਖੇ ਲਾਤਾ ਸਾਜੀਆਂ ਦਾ ਸਾਜ ਕਬੂਲ ਹੈ ਆਈ ਸੰਗਤ ਦੀ ਚੌਂਕੀ ਕਬੂਲ ਹੈ ਜਾ ਕਹਿੰਦਾ ਬੇੜੇ ਬਣੇ ਲਾਤੇ ਠੀਕ ਹੈ ਜਾ ਕਹਿੰਦਾ ਸੰਤਾਂ ਦੀ ਫੇਰੀ ਪੈ ਗਈ ਤਰ ਤਰ ਬੋਲੇ ਜਿੰਨੀ ਵੀ ਤੇਰੀ ਸੰਗਤ ਆਈ ਘਰ ਦੇ ਵਿੱਚ ਵਿਹੜੇ ਦੇ ਵਿੱਚ ਆਈ ਹੈ ਰੱਬ ਦਾ ਰੂਪ ਹੈ ਸੰਗਤ ਦੇ ਵਿੱਚ ਰੰਗਦਾ ਹੈ ਸੰਗਤ ਚ ਰੱਬ ਠੀਕ ਹੈ ਛੋਟਾ ਕਰਦਾ ਵੱਡਾ ਕਰਦਾ ਜਿੰਨਾ ਵੀ ਸਰਕਾਰ ਨੇ ਕਰਵਾ ਲਿਆ ਜਾ ਕਹਿੰਦਾ ਕਬੂਲ ਹੈ ਅੱਜ ਤੋਂ ਬਾਅਦ ਜਾ ਕਹਿੰਦਾ ਬੇੜੇ ਬਣ ਲੱਗ ਜਾਣਾ ਠੀਕ ਹੈ ਅੱਜ ਦਾ ਦਿਨ ਅੱਜ ਦਾ ਟਾਈਮ ਅੱਜ ਦੀ ਘੜੀ ਇਹ ਨੋਟ ਕਰ ਲਾ ਐਸੇ ਦਿਨ ਤੇਰੇ ਘਰ ਦੇ ਵਿੱਚ ਮੇਲੇ ਲੱਗ ਜਾ ਕਰਨਾ ਠੀਕ ਹੈ
ਅੱਜ ਤੋਂ ਬਾਅਦ ਤੇਰੇ ਘਰ ਦਾ ਬੇੜਾ ਬੰਨ ਲੱਗ ਗਿਆ ਪੁੱਤੋਏ, ਬੇੜਾ ਪਾਰ ਹੋ ਗਿਆ ਤੇ ਜਿਸ ਲੈਣ ਤੇ ਲੱਗ ਗਿਆ ਇਹਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰ, ਠੀਕ ਹੈ? ਸਮਝ ਗਿਆ? ਤੈਨੂੰ ਬੰਦਾ ਬਣਾਇਆ, ਕੀ ਬਣਾਇਆ? ਬਣ ਗਿਆ ਹੈ, ਰਿਜ਼ਲਟ ਆ ਗਿਆ, ਪੱਕੀ ਗੱਲ ਹੈ। ਆਪਾਂ ਫੇਰ ਆਏ ਜੇ ਰਿਜ਼ਲਟ ਮਿਲਿਆ ਹੈ ਵੀ, ਪਿੰਡ ਵਾਲਿਆਂ ਨੂੰ ਵੀ ਪਤਾ ਇਸ ਬੰਦੇ ਦੇ ਵਿੱਚ ਰਿਜ਼ਲਟ ਆਇਆ ਹੈ ਵੀ, ਆਇਆ ਕਿੰਨਾ ਕੁ? ਬਹੁਤ ਜ਼ਿਆਦਾ। ਕਦੇ ਸੋਚਿਆ ਸੀ ਵੀ ਇਹ ਜੱਗਾ ਨਾਂ ਦਾ ਬੰਦਾ ਐ ਹੋ ਜੂ? ਨਹੀਂ, ਬਸ ਇਸੇ ਲੈਣ ਤੇ ਰਹਿਣਾ, ਘਾਟਾ ਨਹੀਂ ਖਾਂਦਾ, ਠੀਕ ਹੈ ਪੁੱਤਰ? ਸਮਝ ਗਿਆ? ਘਾਟਾ ਨਹੀਂ ਖਾਂਦਾ, ਸੇਵਾ ਚ ਲੱਗਿਆ ਰਹਿ। ਜਿਹੜੀ ਤੈਨੂੰ ਲਗਨ ਦੇ ਵਿੱਚ ਲਾਤਾ ਸੰਤਾਂ ਨੇ, ਸੰਤਾਂ ਦੇ ਲੜ ਲੱਗਿਆ, ਸਰਕਾਰ ਦਾ ਨਾਮ ਲੈਣਾ, ਕਾਲੀ ਕਮਲੇ ਵਾਲੇ ਸੰਤਾਂ ਦਾ, ਠੀਕ ਹੈ? ਜਾਂ ਤੈਨੂੰ ਨਾਮਦਾਨ ਦਿੱਤਾ, ਠੀਕ ਹੈ? ਭਲਾ ਕਰਨਾ, ਬੁਰਾ ਨਹੀਂ ਕਰਨਾ, ਠੀਕ ਹੈ? ਜੇ ਤੇਰੇ ਵਰਗਾ ਤੇਰਾ ਭਾਈ ਕੋਈ ਹੋਰ ਦੁਖੀ ਹੈ, ਉਹਨੂੰ ਜੋੜਨਾ, ਉਹਨੂੰ ਇਸ ਲੈਣ ਚੋਂ ਕੱਢਣਾ ਤੇ ਚੰਗੇ ਰਸਤੇ ਚਲਾਉਣਾ, ਇਹ ਕੰਮ, ਠੀਕ ਹੈ? ਇਹ ਨਾ ਕਿ ਵੀ ਮੈਂ ਨਿਕਲ ਗਿਆ ਤੇ ਕੋਈ ਹੋਰ ਫਸ ਜੇ, ਅਗਲੇ ਨੂੰ ਸੁਧਾਰ, ਠੀਕ ਹੈ ਪੁੱਤਰ? ਸਾਜੀਆਂ ਨੂੰ ਮੱਥਾ ਟੇਕ ਦੇ, ਸ਼ਰਧਾ ਅਨੁਸਾਰ ਆਈ ਸੰਗਤ ਦੇ ਪੈਰਾਂ ਨੂੰ ਹੱਥ ਲਾ ਕੇ ਬਹਿ ਜਾ ਜਾਂ ਬੇੜੇ ਪਾਰ। ਇਹਦੀ ਜਿਹੜੀ ਆਵਾਜ਼ ਗੂੰਜਦੀ ਜੀ ਨੂੰ ਘਟਾ, ਹੌਲ ਵਾਲਾ ਬੰਦ ਕਰ ਕੰਮ, ਇਹ ਦੀਵਾਨ ਲਾਇਆ ਸੰਗਤ ਥੋੜ੍ਹਾ ਲਾਈ। ਹਲੇ ਚਰਨੀ ਲੱਗ ਕੇ, ਗੁਰੂਆਂ ਦੇ ਚਰਨੀ ਲੱਗ ਕੇ, ਗੁਰੂਆਂ ਦੇ ਚਰਨੀ ਲੱਗ ਕੇ, ਕਰ ਲੈ ਕੰਮ ਚੰਗੇ ਜੀ, ਜ਼ਿੰਦਗੀ ਵਿੱਚ ਮਾਰ ਨਹੀਂ ਖਾਂਦੇ ਗੁਰੂਆਂ ਦੇ ਚੰਡੇ ਬਈ, ਜ਼ਿੰਦਗੀ ਵਿੱਚ ਮਾਰ ਨਹੀਂ ਖਾਂਦੇ ਗੁਰੂਆਂ ਦੇ ਚੰਡੇ ਬਈ, ਜ਼ਿੰਦਗੀ ਵਿੱਚ ਮਾਰ ਨਹੀਂ ਖਾਂਦੇ। ਬਾਪੂ ਕਰਤਾਰ ਦਾਸ ਕਾਲੀ ਕਮਲੇ ਵਾਲੇ ਸੰਤਾਂ ਦਰਬਾਰ ਦੀ। ਹਾਂ ਭਾਈ ਸੰਗਤੇ, ਮੇਰੇ ਕੋਲ ਹੁਕਮ ਹੈ, ਸਰਕਾਰ ਦੇ ਵੱਲੋਂ ਆਵਾਜ਼ ਆਈ ਹੈ
ਜੇਕਰ ਕਿਸੇ ਦਾ ਹੈ ਤਾਂ ਆ ਸਕਦਾ ਭਲਾ ਕਰਨਾ। ਘਰ ਦੇ ਵਿੱਚ ਕਹਾਣੀਆਂ ਖਰਾਬ, ਘਰ ਦੇ ਵਿੱਚ ਦੁੱਖ ਕਲੇਸ਼, ਤੇ ਘਰ ਦੇ ਬਾਰੇ ਹੁਕਮ ਹੈ ਭਾਈ ਜੇ ਕੋਈ ਹੈਗਾ ਦੱਸ ਸਕਦਾ। ਘਰ ਦੇ ਬਾਰੇ ਆ, ਇੱਕ ਬੱਚੇ ਬਾਰੇ ਆ, ਇੱਕ ਬੱਚਾ ਢਿੱਲਾ, ਇੱਕ ਘਰ ਦੇ ਵਿੱਚ ਕਿਸੇ ਨੂੰ ਜਾਂ ਮਤਲਬ ਜਿਵੇਂ ਝੂਟੇ ਜੇ ਆਉਣੇ, ਇਸ ਤਰ੍ਹਾਂ ਗੇੜੇ ਜੇ ਪੈਂਦੇ ਆ, ਰੌਲਾ ਹੈਗਾ ਘਰ ਦੇ ਵਿੱਚ ਸੇਵਾ ਦਾ, ਪਤਾ ਨੀ ਵੀ ਸਿੱਧੀ ਹੈ ਕਿ ਨਹੀਂ ਮੈਂ ਦੱਸਣੀ ਆ। ਆ ਜਾਓ ਸੱਚੀ ਮੰਗਰਾਂ ਦੇ ਪੈਂਦੇ ਚਮਕਾਰੇ ਜੋਗੀਆ ਹਾਵੇ ਪੌਣ ਤੇਰੀ, ਪੌਣ ਤੇਰੀ ਮਾਰਦੀ ਹੁਲਾਰੇ ਜੋਗੀਆ ਹਾਵੇ ਪੌਣ ਤੇਰੀ, ਪੌਣ ਤੇਰੀ ਮਾਰਦੀ ਹੁਲਾਰੇ ਜੋਗੀਆ ਹਾਵੇ ਪੌਣ ਤੇਰੀ। ਖਾਈ ਜਾਂਦਾ ਫੀਮ ਦੀਆਂ ਗੋਲੀਆਂ, ਬੋਲਣੇ ਲਾਈ ਜਾਂਦਾ ਗੂੰਗੀਆਂ ਤੇ ਪੋਲੀਆਂ, ਸਾਧ ਮੇਰਾ ਖਾਈ ਜਾਂਦਾ ਫੀਮ ਦੀਆਂ ਗੋਲੀਆਂ, ਬੋਲਣੇ ਲਾਈ ਜਾਂਦਾ ਗੂੰਗੀਆਂ ਤੇ ਪੋਲੀਆਂ। ਘਰ ਦੇ ਵਿੱਚ ਜਿਵੇਂ ਸੇਵਾ ਚੱਲਦੀ, ਝੂਟੇ ਜਾਂਦੇ, ਕਿਹਦੇ ਤੁਹਾਡੇ ਤੁਹਾਡੇ ਇੱਕ ਮਿੰਟ ਮੈਂ ਦੂਜੀ ਆਵਾਜ਼ ਵੀ ਮਾਰੀ ਆ। ਇਹਨਾਂ ਦੇ ਘਰ ਦੇ ਵਿੱਚ ਘਰ ਦੀ ਕਹਾਣੀ ਬਾਰੇ, ਤੁਹਾਡੇ ਘਰ ਬਾਰੇ, ਘਰ ਬਾਰੇ ਪੁੱਛਣਾ ਤੁਸੀਂ। ਮੈਂ ਮੇਰੀ ਕਿਸੇ ਨਾਲ ਕੋਈ ਅੜੀ ਨਹੀਂ, ਮੈਨੂੰ ਕੋਈ ਸੰਗਤ ਜੋੜਨਾ ਨਹੀਂ, ਮੈਨੂੰ ਕਹਿਣੀ ਮੇਰੇ ਮਗਰ ਚੱਲ ਕੇ ਜਾਓ, ਮੈਨੂੰ ਐ ਨੀ ਪਤਾ। ਜੋ ਮੇਰੇ ਕੋਲ ਹੁਕਮ ਆਈ ਇਹਨਾਂ ਨੂੰ ਦੱਸਣਾ, ਜੇ ਕਿਸੇ ਦਾ ਹੈ ਤਾਂ ਲੈ ਸਕਦਾ, ਧੱਕਾ ਕਿਸੇ ਨਾਲ ਜੇ ਅੰਦਰੋਂ ਰੂਹ ਮੰਨਦੀ ਹੈ ਵੀ ਮੈਂ ਭਲਾ ਕਰਾਉਣਾ, ਸਮਝ ਗਏ, ਫਿਰ ਤਾਂ ਕਿਸੇ ਨੂੰ ਮੈਂ ਪੁੱਛ ਦੇ ਸਕਦਾ, ਤੇ ਮੈਂ ਉਹ ਚੇਲੇ ਵਾਲਾ ਕੰਮ ਨਹੀਂ, ਮੈਂ ਧੱਕੇ ਨਾਲ ਪੁੱਛਾ ਕੱਢੀ ਜਾਊਂਗਾ। ਠੀਕ ਹੈ, ਥੱਕੇ ਅਸੀਂ ਵੀ ਹੁੰਦੇ, ਨੀਂਦ ਸਾਨੂੰ ਵੀ ਆਉਂਦੀ ਹੈ। ਗੱਲ ਆ ਸਿੱਧੀ, ਅਸੀਂ ਤਾਂ ਬੱਚੇ ਦਾ ਭਲਾ ਕੀਤਾ, ਇਹਦਾ ਕਰਤਾ ਵਜਾ ਕੇ ਕੀਤਾ, ਟਕਾ ਕੇ ਕੀਤਾ, ਇਹਦਾ ਘਰੇ ਦੀਵਾਨ ਕਰਨਾ, ਇਹਦਾ ਕਰਨਾ। ਜਿੱਥੋਂ ਮਾਲਕ ਨੇ ਹੁਕਮ ਦਿੱਤਾ ਮੈਂ ਤਾਂ ਆਵਾਜ਼ ਮਾਰਨੀ ਆ, ਆ ਗਿਆ ਠੀਕ, ਨੇ ਤੜਕੇ ਨੂੰ ਕੁਛ ਤਾਉਣਾ ਤੁਸੀਂ ਮੈਂ ਨਹੀਂ। ਮੈਂ ਬੱਚੇ ਬਾਰੇ ਵੀ ਕਿਹਾ ਸੀ, ਹੋਰ ਕੋਈ ਹੈਗਾ ਇਹਦੇ ਨਾਲ ਆ ਸਕਦਾ ਭਾਈ? ਧੱਕਾ ਕਿਸੇ ਨਾਲ ਨੀ ਬੀਬੀ, ਮੈਂ ਤੈਨੂੰ ਫਿਰ ਦੱਸੀ, ਠੀਕ ਹੈ, ਇੱਕ ਘਰ ਦੇ ਵਿੱਚ ਗੱਦੀ ਲੱਗੀ, ਸੇਵਾ ਚੱਲਦੀ ਹੈ, ਉਹਦਾ ਰਾਹ ਨਹੀਂ ਮਿਲਦਾ, ਉਹਦੇ ਬਾਰੇ ਆਏ, ਠੀਕ ਹੈ। ਇੱਕ ਕੰਮ ਕਾਰ ਸਹੀ ਨਹੀਂ ਰਹਿੰਦਾ,
ਕੰਮ ਕਰਦੇ ਬਾਰੇ ਜੇ ਕੋਈ ਹੈਗਾ ਦੱਸ ਸਕਦਾ। ਠੀਕ ਹੈ, ਮੈਂ ਤਾਂ ਹੁਕਮ ਦੇਣਾ ਜੇ ਕੋਈ ਹੈਗਾ ਤਾਂ ਬਈ ਆ ਜਾ। ਗੱਲ ਆ ਮੇਰੇ ਕੋਲ ਸਿੱਧੀ। ਹੋਟਲਾ ਦੂਰ ਪੀਰ ਮੇਰਾ ਇਹ ਪਰਵਾਹੀ ਦਾ ਬਸੇ ਹੋਟਲਾ ਦੂਰ ਪੀਰ ਮੇਰਾ ਇਹ ਪਰਵਾਹੀ ਦਾ ਬਸੇ ਹੋਟਲਾ ਦੂਰ ਪੀਰ ਮੇਰਾ ਇਹ ਪਰਵਾਹੀ ਦਾ ਬੱਚੇ ਬਾਰੇ ਤੁਹਾਡੇ ਆ ਕਿਹੜਾ ਪਿੰਡ ਆ
ਸਮਾਗ ਕੋਟਕਪੂਰੇ ਕੋਲੇ ਮੈਂ ਪਿੰਡ ਇਹਦਾ ਪੁੱਛਿਆ ਉਹ ਕੀ ਹੁੰਦਾ ਹੋਰ ਤੁਹਾਡੇ ਨਾਲ ਕੌਣ ਇੱਥੇ ਹੋਰ ਕੌਣ ਬੈਠਾ ਜੁੜਾ ਹੈ ਹੁਣ ਤੀਜਾ ਬੰਦਾ ਵਿੱਚ ਨਾ ਬੋਲੋ ਸਿਰਫ ਦੋਨੇ ਗੱਲ ਕਰੋ ਠੀਕ ਹੈ ਸਮਝ ਗਏ ਤੁਹਾਡੀ ਹੱਡਬੀਤੀ ਤੁਹਾਨੂੰ ਪਤਾ ਤੇ ਮੈਨੂੰ ਮੇਰੇ ਮਾਲਕ ਨੇ ਦੱਸਣਾ ਠੀਕ ਹੈ ਗੱਲ ਸਹੀ ਹੈ ਬੀਬੀ ਗੱਲ ਹੈ ਸਮਝ ਗਏ ਪੁੱਤਰ ਫਲ ਪਵਾਏ ਸੀ ਫਲ ਫਿਰ ਰੰਗ ਲੱਗੇ ਨਹੀਂ ਲਾਗੇ ਰੰਗ ਲਾਈਏ ਜੇ ਤਾਂ ਚਿੱਤ ਮੰਨਦਾ ਤਾਂ ਫਿਰ ਮੈਂ ਹੁਕਮ ਲਾਉਂਗਾ ਧੱਕਾ ਨਹੀਂ ਕਰਦਾ ਭਾਸ਼ਾ ਕਿਹੜੀ ਬੋਲਦੇ ਯਾਰ ਮੈਂ ਤਾਂ ਸਮਝ ਬਾਰਾ ਬੱਚੇ ਬਾਰੇ ਅਰਦਾਸ ਲੈ ਕੇ ਤੁਸੀਂ ਬੈਠੇ ਹੋ ਪਹਿਲਾਂ ਕੋਈ ਨਹੀਂ ਉੱਠਿਆ ਮੈਂ ਨਾਂ ਲੈ ਕੇ ਉਠਾ ਲਿਆ ਇਹ ਮੇਰੀ ਕਲਾ ਜਾਂ ਮੇਰਾ ਮੇਰਾ ਮਾਲਕ ਦਾ ਹੱਥ ਹੈ ਠੀਕ ਹੈ ਐਂ ਤਾਂ ਆਵਾਜ਼ਾਂ ਮੈਂ ਸਾਰੀ ਰਾਤ ਮਾਰੀ ਜਾਊਂਗਾ ਨਹੀਂ ਉੱਠਦੇ ਬੰਦੇ ਢੀਠਾ ਤੁਹਾਡੇ ਪਿੰਡ ਦੇ ਪੰਜਾਬੀ ਚ ਮੈਂ ਤੁਹਾਨੂੰ ਸਿੱਧਾ ਸਮਝਾ ਦਿੰਦਾ ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਹੈ ਇਹ ਕਹਿੰਦੇ ਚੇਲੇ ਅਸੀਂ ਟੱਕਰੇ ਤੇ ਫਿਰ ਬੰਸਰੀ ਵਾਲੇ ਵੀ ਅੱਜ ਇਹਨਾਂ ਦੇ ਪਿੰਡ ਆਇਆ ਚੱਲ ਵੱਜ ਆਓ ਜੀ ਉਹ ਕੰਬਲੀ ਵਾਲਿਆ ਸਾਡਾ ਕਹਿੰਦੇ ਮਾਰ ਸਿੰਗੜ ਦਾ ਸੂਟਾ ਸੱਚਿਆਂ ਨੂੰ ਤੂੰ ਮਹਿਲੀ ਚੜਾਵੇ ਕਮਲਿਆਂ ਦੇ ਹੱਥ ਠੂਠਾ ਕਿੱਥੋਂ ਫਲ ਪਵਾਏ ਭਾਈ ਕਿੱਥੋਂ ਭਲਾ ਕਰਾਇਆ ਅੱਛਾ ਫੇਰ ਭਾਈ ਹੈ ਦੋਨੇ ਵਾਰੀ ਬਾਜੀ ਪਲਟ ਗਈ ਜੋ ਮੰਗਿਆ ਨਹੀਂ ਮਿਲਿਆ ਹੈ ਤੇਰਾ ਨਾਮ ਮਨਪ੍ਰੀਤ ਹੈ ਮੈਨੂੰ ਮੇਰੇ ਮਾਲਕ ਨੇ ਹੁਕਮ ਦਿੱਤਾ ਪੁੱਤਰ ਵੀ ਮਨਪ੍ਰੀਤ ਨਾਂ ਦੀ ਬੱਚੀ ਦਾ ਭਲਾ ਕਰਨਾ ਚ ਬੋਲੋ ਨਹੀਂ ਸਭਾ ਚ ਹੋਰ ਕਿਸੇ ਦਾ ਨਾਮ ਨਹੀਂ ਲੈਂਦਾ ਮੈਂ ਠੀਕ ਹੈ ਜਿੱਥੋਂ ਮਾਲਕ ਦੀ ਆਵਾਜ਼ ਆਉਂਦੀ ਹੈ ਨਾ ਉਹਦੇ ਭਲਾ ਹੋ ਸਕਦਾ ਠੀਕ ਹੈ ਪੁੱਤਰ ਜੇ ਤੈਨੂੰ ਮੈਂ ਗਰੰਟੀ ਦੇ ਦਿਆਂ ਇੰਨੇ ਬੰਦੇ ਦੇ ਸਾਈਨ ਕਰਾ ਲਿਆ ਭਲਾ ਹੋ ਜੇ ਫੇਰ ਖੁਸ਼ ਇੰਨੇ ਬੰਦੇ ਜਿੰਨੇ ਮੌਜੂਦ ਆ ਇਹਨਾਂ ਦੀ ਗਰੰਟੀ ਲੈ ਦਿਆਂ ਸਾਈਨ ਕਰਵਾ ਦਿਆਂ ਫੇਰ ਖੁਸ਼ ਕੱਲ ਇੱਕ ਸਿੱਧੀ ਆਪਣੇ ਕੋਲ ਤਾਂ ਗਰੰਟੀਆਂ ਬੀਬੀ ਠੀਕ ਹੈ ਉਹ ਧੋਖੇ ਹੋ ਜਾਂਦੇ ਆ ਤੇਰਾ ਕੀ ਹੈ ਜ਼ਿੰਦਗੀ ਬਰਬਾਦ ਹੋਈ ਹੁੰਦੀ ਆ ਹੈਂ ਕਿੰਨਾ ਕੁ ਚਿਰ ਵੇਖੋਗੇ
ਤੇਰੇ ਘਰ ਵਾਲਾ ਕੀ ਕੰਮ ਕਰਦਾ? ਠੇਕੇ ਵਾਲੇ ਬਾਬੇ ਨੂੰ ਕਿਹੜਾ ਮੰਨਦਾ? ਇੱਥੇ ਠੇਕੇ ਵਾਲੇ ਨੂੰ ਮੰਨਦੇ ਆ। ਫਸਕੀ ਆ ਜਿੰਦੇ ਮੇਰੀ, ਫਸਕੀ ਆ ਜਿੰਦੇ ਮੇਰੀ, ਵੇ ਵਿੱਚ ਘੁੰਮਣ ਘੇਰੀ ਦੇ, ਵੇ ਵਿੱਚ ਘੁੰਮਣ ਘੇਰੀ ਦੇ। ਉਹ ਗੋਤੀ ਹੈ ਨੀ ਲਾਲ ਬਾਬਲਾ ਹਰਦਾਨੀ ਤੇਰੀ ਦੇ, ਉਹ ਗੋਤੀ ਹੈ ਨੀ ਲਾਲ ਫਕੀਰਾ ਬੱਚੜੀ ਤੇਰੀ ਦੇ, ਉਹ ਗੋਤੀ ਹੈ ਨੀ ਲਾਲ ਦਾਦਿਆ ਦਾਨੀ ਤੇਰੀ ਦੇ। ਸੇਵਾ ਕਰਦੇ ਨੂੰ 20 ਸਾਲ ਗੁਰੂ ਬਣਾਇਆ ਸੀ, ਗੁਰੂ ਬਿਨਾਂ ਗਿਆਨ। ਜੇ ਅੱਜ ਗੁਰੂ ਹੁੰਦਾ ਤਾਂ ਆਸਰਾ ਵੀ ਹੁੰਦਾ, ਕਿਉਂ ਨੀ ਬਣਾਇਆ? ਉਦੋਂ ਵੀ ਡਾਵਾ ਡੋਲ ਸੀ ਬੀਬੀ, ਤੇ ਅੱਜ ਵੀ ਡਾਵਾ ਡੋਲ। ਸਹੀ ਗੱਲ, ਕੰਮ ਸਿੱਧਾ ਹੋਏ। ਬੋਲੋ, ਪੀਰ ਨੂੰ ਮੰਨਦੇ ਕੋਟਲੇ ਸਰਕਾਰ ਨੂੰ? ਹੈ ਡੰਡ ਕਿੱਥੇ ਹੈ? ਡੰਡ ਕਿੱਥੇ ਹੈ? ਇਹਨਾਂ ਦਾ ਕੰਜੋੜਾ ਕਿੱਥੇ ਹੈ? ਕਿੱਥੇ ਕੋਟਲੇ ਕੁੰਡੀ ਕਿਹੜੇ ਦੀ ਹੈ? ਥੋੜੀ ਬਾਂਹ ਚੱਲਦੀ ਆ? ਡੰਡ ਕਿੱਥੇ ਆ ਬਾਬੇ ਦਾ? ਕਿਉਂ ਬਾਬੇ ਖੇਤ ਵੱਲ ਮੰਨਦੇ ਆ? ਘੋੜੇ ਕਿੱਥੇ ਆ? ਚੱਕ ਫਿਰ ਮਸਾਣੀ ਗੇੜੇ ਮਾਰਦੀ ਜਮਾ।
ਨਹੀਂ ਲੱਗਦੀ ਗੁਰਦੀ ਮਸਾਣੀ ਗੇੜੇ ਮਾਰਦੀ ਜਮਾ ਖੈਰ ਨਹੀਂ ਲੱਗਦੀ
ਕੀ ਗੱਲ ਹੈ? ਬਾਕੀ ਮੰਨ ਜਾਣਗੇ, ਇੱਕ ਨਹੀਂ ਮੰਨਦਾ। ਬੋਲ ਬੋਲ ਬਾਬਾ ਸੱਚੇ ਦਰਬਾਰ ਦੀ ਵਜ। ਟੱਕਰਿਆ ਨੀ ਬਾਬਾ ਸਿਰੇ ਦਾ ਪੁੱਛ ਪੜਤਾਲ ਕਰਨ ਵਾਲਾ,
ਵੀ ਰਾਹ ਲਾ ਲੈ ਹੈ ਤੇ ਗੱਦੀ ਕਿਉਂ ਨਾ ਚੱਲੇ ਤੇ ਘਰ ਚ ਫਾਇਦਾ ਕਿਉਂ ਨਾ ਹੋਵੇ ਬੋਲੋ ਪੱਛੀ ਨਹੀਂ ਨਿਕਲਦੀ ਸੀ ਕਿਤੇ ਜਾਂਦੇ ਆ ਚੋਕੀ ਹੋ ਜਾਂਦਾ ਸੀ ਬੰਦਾ ਦਰਬਾਰ ਦੀ ਜੈ ਅੱਜ ਕਿਵੇਂ ਨਿਕਲ ਗਈ ਨਿਕਲੀ ਨਹੀਂ ਫਿਰ ਸਾਨੂੰ ਤਾਂ ਹਨੇਰੇ ਚ ਫਿੱਤਰ ਹੈ ਹਨੇਰੇ ਚ ਫਿੱਤਰ ਵਾਹ ਬੀਬੀ ਪੁੱਛ ਬੜਾ ਮੈਂ ਇੱਕ ਹੀ ਕੱਢਾ ਹੁਣ ਇੱਥੇ ਖੜਾ ਆਪਣਾ ਹੈ ਸਮਝ ਗਏ ਆ ਮੇਰਾ ਕਾਰਡ ਇੱਥੇ ਪਾ ਜਾਗਾ ਬਾਦ ਲੈ ਲੈ ਐਡਰੈਸ ਲਈ ਚਲੋ ਜਾਈ ਚਲੋ ਗਰੰਟੀ ਫਾਇਦਾ ਨਾ ਹੋਵੇ ਠੀਕ ਹੈ ਸਮਝ ਗਏ ਪੈਸੇ ਵੀ ਠੋਕ ਕੇ ਤੇ ਗਰੰਟੀ ਵੀ ਠੋਕ ਕੇ ਸਮਝ ਗਿਆ ਠੀਕ ਹੈ ਰਿਜ਼ਲਟ ਨਾ ਮਿਲੇ ਸਵਾ ਮਹੀਨੇ ਚ ਮੇਰੀ ਗਰੰਟੀ ਸਮਝ ਗਏ ਬਿਲਕੁਲ ਪਹਿਲਾਂ ਇਸ ਚੀਜ਼ ਦਾ ਹੱਲ ਕਰਾ ਲਓ ਭਲਾ ਕਰਾ ਲਓ ਫਿਰ ਆਪਦਾ ਗੱਡੀ ਦਾ ਕੰਮ ਕਰਾ ਲਓ ਤੁਹਾਡਾ ਘਰ ਸਿੱਧਾ ਬੀਬੀ ਕੀ ਲੈਣਾ ਸਮਝ ਗਏ ਮੈਂ ਨਹੀਂ ਕਹਿੰਦਾ ਪੁੱਛਾ ਕੱਢੋ ਮੈਂ ਨਹੀਂ ਕਹਿੰਦਾ ਗੱਦੀ ਲਾਓ ਸਿਰਫ ਸਧਾਰਨ ਸੇਵਾ ਲਾ ਲਓ ਤੁਹਾਡਾ ਘਰੇ ਘਰੇ ਫਾਇਦਾ ਹੋਈ ਚੱਲੇ ਬਸ ਖੁਸ਼ ਤੁਸੀਂ ਇੰਨਾ ਹੀ ਕਰ ਸਕਦੇ ਹੋ ਵੱਧ ਨਹੀਂ ਕਰ ਸਕਦੇ ਠੀਕ ਹੈ ਹੈ ਮੱਥਾ ਟੇਕੋ ਤੇ ਬਹਿ ਜਾ ਆਹ ਗੱਲ ਹੈ ਆਹ ਬਾਤ ਹੈ ਹੋਰ ਕੁਛ ਘਰ ਬਾਰੇ ਆ ਤੇ ਨਾਲ ਕੌਣ ਆ ਹੈ ਕਿਉਂ ਦੂਜੇ ਕਿੱਥੇ ਆ ਕਿਹੜਾ ਪਿੰਡ ਆ ਚੱਕ ਬਾਂਬਾ ਦੇ ਨਾਲ ਬਾਂਬਾ ਡਾਂਗਾ ਚੱਕ ਸ਼ੇਰ ਵਾਲਾ ਚੱਲ ਗਿਆ ਚੱਕ ਸ਼ੇਰ ਵਾਲਾ ਪੁੱਛ ਕੇ ਫਿਰ ਕੀ ਆ ਕਿ ਇਸ ਤਰੀਕੇ ਦੀ ਦੁੜੀ ਹੈ ਫਿਰ ਤਾਂ ਫਾਇਦਾ ਕਰਨਾ ਹੀ
ਤੇਰੀ ਚੱਲੀ ਜਾਵੇ ਚੱਲਣ ਹਨੇਰੀਆਂ ਕੌਣ ਤੇਰੀ ਚੱਲੀ ਜਾਵੇ ਚੱਲਣ ਹਨੇਰੀਆਂ ਬੰਦ ਹੋਵੇ ਸਜਣਾ ਦਿੰਦਰ ਕਰ ਚੱਕ ਚਲੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗੁਰੂ ਬਣਾਏ ਕਿੰਨੇ ਸਾਲ ਅੱਠ ਸਾਲ ਹੋ ਗਏ ਤੈਨੂੰ ਗੁਰੂ ਬਣਾਏ ਨੂੰ ਤੇ ਮੈਨੂੰ ਰੰਗ ਲੱਗਿਆ ਦਿਖਾ ਘਰ ਦਾ ਫਾਇਦਾ ਹੁੰਦਾ ਦਿਖਾ ਫਿਰ ਗੁਰੂ ਕਾਹਦਾ ਬਣਾਇਆ ਹੈਂ ਹੋਰ ਕੁਛ ਅੱਠ ਸਾਲ ਜਾਂਦੀ ਰਹੀ ਫਿਰ ਐ ਕੰਮ ਨਹੀਂ ਹੁੰਦੇ ਗੁਰੂ ਬਣਾਓ ਪਹਿਲਾਂ ਚੰਗਾ ਅੱਲਾ ਦੇ ਕੰਮ ਸੁਣੋ ਕੰਮ ਦੇਖੋ ਜੇ ਹੈਗਾ ਠੀਕ ਆ ਨਹੀਂ ਰੱਬ ਸਮਝ ਗਈ ਕਹਾਣੀ ਕੋਈ ਸਿੱਧੀ ਨਹੀਂ ਕੰਮ ਕੋਈ ਸਿੱਧਾ ਨਹੀਂ ਹੈ ਕੋਈ ਫਾਇਦਾ ਨਹੀਂ ਗਾ ਮਾਤਾ ਕਾਲਕਾ ਜੀ ਪੜ੍ਹ ਦਿੰਦੇ ਹੁੰਦੇ ਹੋ ਕਿਉਂ ਤੈਨੂੰ ਕਿਹਨੇ ਆਖਿਆ ਕਾਲੀ ਵੈਸ਼ਨ ਤੇ ਫਿਰ ਤੁਹਾਡੇ ਤਾਂ ਕੌੜੇ ਪਾਣੀ ਚੱਲਦੀ ਆ ਆਓ ਜੀ ਖਿੱਚ ਕੇ ਰੱਖੀ ਸਿਰ ਪੜ ਕੇ
ਹੈ ਪੱਕੀ ਗੱਲ ਤੂੰ ਲੈ ਆ ਤੇਰੇ ਨਾਲ ਹੀ ਸਹੀ ਹੈ ਦੂਜੇ ਮੰਨਦੇ ਨਾ ਇਹ ਪਖੰਡ ਕਰਦੀ ਆ ਐਵੇਂ ਕਰਦੀ ਆ ਇਹਦੇ ਚ ਕੁਛ ਆਉਂਦਾ ਨੀ ਕੋਈ ਬਾਬਾ ਨੀ ਭੂਤ ਨੀ ਪ੍ਰੇਤ ਨੀ ਸਹੀ ਗੱਲ ਸਹੀ ਗੱਲ ਹੈ ਵਿਖਾ ਦਈਏ ਫਿਰ ਪਖੰਡ ਆ ਕੇ ਕਰ ਲਈਏ ਪੱਕੀ ਗੱਲ ਜੇ ਪਏ ਦਾ ਮੰਜਾ ਮੁੰਦਾ ਹੋ ਜੇ ਫਿਰ ਤੂੰ ਨਾ ਜਾਈ ਤੂੰ ਨਾ ਜਾਈ ਫਿਰ ਹਲੇ ਹੈ ਪੀ ਕੇ ਜੇ ਕੰਡਾ ਜਨਾ ਵਜਦਾ ਫਿਰ ਆਪਣ ਫਕੀਰ ਨਹੀਂ ਮੈਂ ਕਿਹਾ ਨਾ ਸਿਰ ਬੜੇ ਕਸ਼ਟ ਵੀ ਆਉਂਦਾ ਪਰ ਮੰਨਦੇ ਨੇ ਪੁੱਤਰ ਇੱਕ ਕਾਲੀ ਫਿਰ ਪਠੜ ਪਠੜ ਬਣ ਮੈਨੂੰ ਨਹੀਂ ਪਤਾ ਤੂੰ ਨਾ ਖਾਈ ਮੈਂ ਕਿਹਾ ਵੀ ਖਾਣ ਵਾਸਤੇ ਕੀ ਭਲਾ ਖਾਣ ਹਲੇ ਅਗੇ ਮੈਂ ਵੈਸ਼ਨੂ ਆ ਮੈਂ ਤਾਂ ਕਹਿਣ ਵੀ ਖਾਣੀ ਆ ਇਹਨੇ ਪਹਿਲੇ ਕਹਿੰਦਾ ਮੈਂ ਖਾਣੀ ਆ ਉਹ ਭਾਈ ਉਹਨੇ ਵੈਸ਼ਨੂ ਵੀ ਲੱਗ ਜਾਂਦੀ ਪੱਠਾ ਹਾਂ ਤਰੀਕੇ ਬਹੁਤ ਆ ਉਹ ਸਿਰ ਦਾ ਸਿਰ ਲਊਗੀ ਤੇ ਸਿਰ ਟਿਕਣਗੇ ਕਾਲ ਕਰੋ ਤੇ ਬਚੂਗਾ ਬੋਲੋ ਕਰ ਦਿਓਗੇ ਪੱਕੀ ਗੱਲ ਪੀਰ ਦਾ ਰੋਟ ਕਦੋਂ ਲਾਇਆ ਧੰਨਾ ਬਾਬਾ ਹਲੇ ਔਖੇ ਹੋ ਸੌਖੇ ਹੋ ਪੀਰ ਦੀ ਸੁੱਖ ਨੂੰ ਦੇਵਾਂਗੇ ਤਾਂ ਸੁੱਖ ਹੋਊਗਾ ਔਖੇ ਤੇ ਵੀ ਸੀ ਵਿਚਾਰੇ ਇਹਨਾਂ ਨੇ ਵੀ ਕੀਤਾ ਏਡਾ ਪਰਾਲਾ ਜੇ ਮਾਲਕ ਨੇ ਕਰਵਾਇਆ ਹੋ ਗਿਆ ਇਹ ਭਾਈ ਮੈਂ ਤਾਂ ਕੁਛ ਜਾਣਦਾ ਨਹੀਂ ਭਾਈ ਮੈਂ ਫਾਇਆ ਲੈ ਕੇ ਕਿਹੜਾ ਮੁੱਕ ਗਿਆ ਫਾਂਸੀ ਲੈ ਕੇ
ਉਹਦੇ ਘਰੇ ਇੱਕ ਹਾਜ਼ਰ ਹੁੰਦਾ ਬੰਦਾ ਕਹਿੰਦਾ ਮੈਂ ਫਾਂਸੀ ਲੈ ਕੇ ਮੁੱਕਿਆ ਸੁਣਾ ਗਿਆ ਉਹ ਖੁਸ਼ੀ ਮਿਲੀ ਤੈਨੂੰ ਜਾਂ ਉਹ ਆਪਣੀ ਸੁਣਾ ਗਿਆ ਠੰਡ ਲੱਗ ਗਈ।